ਇੱਕ ਜੇ ਇੱਕ ਕਾਲੀ ਫਿਲਮ ਬਣੀ ਸੀ ਕੈਨੇਡਾ ਦੇ ਵਿੱਚ ਔਰ ਉਸ ਤੇ ਹਿੰਦੁਸਤਾਨ ਦੀ ਹਕੂਮਤ ਨੇ ਹਿੰਦੁਸਤਾਨ ਤੋਂ ਬਾਹਰ ਕੈਨੇਡਾ ਦੇ ਵਿੱਚ ਉਹ ਫਿਲਮ ਤੇ ਰੋਕ ਲਗਵਾਤੀ ਸੀ ਮਿਨਿਸਟਰੀ ਨੇ ਉੱਥੇ ਉਹਨਾਂ ਨੂੰ ਤੇ ਨਾਲ ਮਾਫੀ ਵੀ ਮੰਗਵਾਈ ਸੀ ਇਹ ਰਾਜਭਾਗ ਦੀ ਗੱਲ ਹੈ ਸਾਡੇ ਕੋਲ ਹੈ ਨਹੀਂ ਉਹਨਾਂ ਕੋਲ ਹੈਗਾ ਸਾਡੇ ਕੋਲ ਨਾ ਹੋਣ ਕਰਕੇ ਜਿਹੜੀ ਚੀਜ਼ ਸਾਡੀ ਗੁਰਮਤਿ ਅਦਾ ਦੇ ਉਲਟ ਹੈ ਉਹ ਅੱਜ ਸ਼੍ਰੀ ਆਮ ਸਿਨੇਮਾ 'ਚ ਚੱਲਣ ਜਾ ਰਹੀ ਹੈ ਤੇ ਸਾਡਾ ਜਿਹੜਾ ਵਿਰੋਧ ਆ ਉਹ ਉਸ ਵਿਰੋਧ ਨੂੰ ਮੰਨਦੇ ਨਹੀਂ ਸਗੋਂ ਸਿੱਖਾਂ ਨੂੰ ਵਾਰ-ਵਾਰ ਇਹ ਚੜਾਉਂਦੇ ਨੇ ਵੀ ਉਹ ਵਾਰ-ਵਾਰ ਫਿਲਮਾਂ ਬਣਾਉਂਦੇ ਨੇ ਇਸ ਇੱਕ ਬਾਰ-ਬਾਰ ਵਿਰੋਧ ਕਰਦੇ ਨੇ ਸੰਗਤਾਂ ਨੂੰ ਅਪੀਲ ਹੈ ਵੀ ਤੁਸੀਂ ਵੱਧ ਤੋਂ ਵੱਧ ਇਸ ਫਿਲਮ ਦਾ ਵਿਰੋਧ ਕਰੋ ਇਹ ਫਿਲਮ ਨਹੀਂ ਚੱਲਣੀ ਚਾਹੀਦੀ ਕਿਉਂਕਿ ਪੰਜਾਬ ਦੀ ਧਰਤੀ ਉੱਤੇ ਜਾਂ ਕਿਸੇ ਵੀ ਦੁਨੀਆ ਦੀ ਧਰਤੀ ਦੇ ਉੱਤੇ ਜਿਹੜੀਆਂ ਗੁਰ ਮਰਿਆਦਾ ਦੇ ਉਲਟ ਫਿਲਮਾਂ ਨੇ ਜਾਂ ਸਿੱਖੀ ਦੇ ਉਲਟ ਜਿਹੜਾ ਪ੍ਰਚਾਰ ਹੈ ਉਹ ਨਹੀਂ ਹੋਣਾ ਚਾਹੀਦਾ ਇੰਨੀਆਂ ਕ ਬੇਨਤੀਆਂ ਨਖੇਮਾ ਦਾ ਜਾਚ ਸਿੰਘਾ ਜੀ ਗੱਜ ਕੇ ਫਤਿ ਬੁਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ ਗੁਰੂ ਸਹਿਬਾਨ ਜਾਂ ਗੁਰੂ ਸਹਿਬਾਨ ਦਾ ਜਿਹੜਾ ਖਾਨਦਾਨ ਹੈ ਉਹਦੇ ਉੱਪਰ ਕੋਈ ਫਿਲਮ ਬਣਨੀ ਚਾਹੀਦੀ ਹੈ ਜਾ ਕੇ ਨਹੀਂ ਬਣਨੀ ਚਾਹੀਦੀ ਇਸ ਦੇ ਬਾਰੇ ਭਾਈ ਅਮਰਤਪਾਲ ਸਿੰਘ ਦੇ ਕੀ ਵਿਚਾਰ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸ ਦੇ ਬਾਰੇ ਜਾਣਾਂਗੇ ਇਸ ਤੋਂ ਪਹਿਲੇ ਜਿਹਨਾਂ ਦੋਸਤਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਸੋ ਚੱਲ ਕੇ ਵੀਡੀਓ ਦੇਣੇ ਜਾਣੇ ਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਗੱਲਬਾਤ ਦਾ ਵਿਸ਼ਾ ਹੈ ਵੀ ਜਿਹੜੀ ਫਿਲਮ ਆ ਰਹੀ ਹੈ ਦਾਸਤਾਨੇ ਸਰਹਿੰਦ ਉਸ ਫਿਲਮ ਦੇ ਵਿੱਚ ਛੋਟੇ ਸਹਿਬਜ਼ਾਦੇ ਦਾ ਜਿਹੜਾ ਕਿਰਦਾਰ ਹੈ ਉਹ ਕਾਰਟੂਨ ਰੂਪ ਦੇ ਵਿੱਚ ਫਿਰ ਦਿਖਾਇਆ ਗਿਆ ਹੈ ਪਹਿਲਾਂ ਜਿਹੜੀ ਫਿਲਮ ਚਾਰ ਸਹਿਬਜ਼ਾਦੇ ਆਈ ਸੀ ਉਸ ਕਟਾਈ ਨੂੰ ਜਦੋਂ ਦਾ ਕੌਮ ਨੇ ਪ੍ਰਵਾਨ ਕੀਤਾ ਵੀ ਕੋਈ ਗੁਰੂ ਸਾਹਿਬ ਦਾ ਜਿਹੜੇ ਸਹਿਬਜ਼ਾਦੇ ਨੇ ਗੁਰੂ ਪਰਿਵਾਰ ਹੈ ਜਾਂ ਜਿਹੜੇ ਹਜੂਰੀ ਸਿੱਖ ਨੇ ਜਾਂ ਸਿੱਖ ਸ਼ਹੀਦ ਨੇ ਉਹਨਾਂ ਦਾ ਜਦੋਂ ਫਿਲਮਾਂਕਣ ਕਰਦਾ ਹੈ ਕਾਰਟੂਨ ਰੂਪ ਦੇ ਵਿੱਚ ਜਾਂ ਵੈਸੇ ਉਸ ਦਾ ਜਿਹੜਾ ਸ਼੍ਰੋਮਣੀ ਕਮੇਟੀ ਦਾ 1934 ਦਾ ਮਤਾ ਇਸ ਗੱਲ ਦੇ ਵਿਰੋਧ ਵਿੱਚ ਹੈ ਪੀ ਇਹ ਸਾਰਾ ਕੁਝ ਨਹੀਂ ਹੋ ਸਕਦਾ ਪਰ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ ਇਹ बार-बार ਜਾਣਬੁੱਝ ਕੇ ਸਿੱਖਾਂ ਦਾ ਜਿਹੜਾ ਸਬਰ ਪਰਖਦੇ ਨੇ ਇਹ ਫਿਲਮ ਬਣਾ ਲੈਂਦੇ ਨੇ ਬਿਨਾ ਕਿਸੇ ਦੇ ਨਾਲ ਸਲਾਹ ਕੀਤੇ ਬਿਨਾ ਸਿੱਖਾਂ ਦੇ ਨਾਲ ਕੋਈ ਇਸ ਗੱਲਬਾਤ ਬਾਰੇ ਸਲਾਹ ਕੀਤੇ ਪਹਿਲੀ ਗੱਲ ਤੇ ਜਦੋਂ ਸਿੱਖਾਂ ਨੇ ਇਹ ਗੱਲ ਅਲਾਨੀਆਂ ਤੌਰ ਤੇ ਕਹੀ ਹੈ ਕਿ ਗੁਰੂ ਸਾਹਿਬਾਂ ਤੇ ਸ਼ਹੀਦਾਂ ਦੇ ਉੱਤੇ ਗੁਰੂ ਪਰਿਵਾਰ ਤੇ ਹਜੂਰੀ ਸਿੱਖਾਂ ਤੇ ਕੋਈ ਵੀ ਫਿਲਮ ਨਹੀਂ ਬਣ ਸਕਦੀ ਤੇ ਫਿਰ बार-बार ਸਿੱਖਾਂ ਨੂੰ ਇਸ ਗੱਲ ਦੇ ਉੱਤੇ ਪਰੇਸ਼ਾਨ ਕਰਨਾ ਚੰਗੀ ਗੱਲ ਨਹੀਂ ਦੇਖੋ ਸਿੱਖਾਂ ਦੇ ਵਿੱਚ ਜਿਹੜੀ ਪਰੰਪਰਾ ਹੈ ਕਿਉਂਕਿ ਬਹੁਤ ਲੋਕਾਂ ਦਾ ਇਹ ਤਰਕ ਹੈ ਵੀ ਜਿਹੜੇ ਬੱਚੇ ਨੇ ਸਾਡੇ ਉਹ ਇਹਨਾਂ ਫਿਲਮਾਂ ਨੂੰ ਵੇਖ ਕੇ ਗੁਰਸਿੱਖ ਬਣਨਗੇ ਜਾਂ ਸਿੱਖੀ ਜੀਵਨ ਗ੍ਰੈਂਡ ਕਰਨਗੇ ਇਹ ਗੱਲ ਬਿਲਕੁਲ ਝੂਠੀ ਹੈ ਕਿਉਂਕਿ ਸਿੱਖਾਂ ਦੇ ਵਿੱਚ ਸਾਖੀ ਦੀ ਪਰੰਪਰਾ ਤੇ ਹੈਗੀ ਹੈ ਮਹਾਰਾਜ ਦੇ ਬਚਨ ਨੇ ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ ਗੁਰਸਾਖੀ ਕਾਜਿਆਰਾ ਤਾਂ ਮਿਟਿਆ ਸਗਲ ਅੰਧਾਰਾ ਇਹ ਜਿਹੜੇ ਬਚਨ ਨੇ ਵੀ ਜਿਹੜੀ ਸਾਖੀ ਹੈ ਉਹੋ ਹੀ ਜਿਹੜੀ ਆ ਮਰੁਖ ਦੀੜ ਚੰਚਲ ਮਾਤਾ ਇਹ ਚੰਚਲ ਮਤ ਹੁੰਦੀ ਆ ਵੀ ਅਸੀਂ ਬਾਰ-ਬਾਰ ਤਜਰਬੇ ਐਕਸਪੈਰੀਮੈਂਟ ਕਰੀਏ ਗੁਰੂ ਸਾਹਿਬ ਦੇ ਉੱਤੇ ਫਿਲਮਾਂ ਬਣਾਈਆਂ ਕਦੀ ਕੋਸ਼ਿਸ਼ ਕਰੀਏ ਜਿਹੜੀ ਇਹ ਅੰਧਾਰਾ ਜਿਹੜਾ ਜੀਵਨ ਦੇ ਵਿੱਚ ਸਾਡੇ ਚ ਹੈਗਾ ਜਿਹੜਾ ਜੀਵਨ ਚ ਗੁਰੂ ਪ੍ਰਚਾਰ ਨਹੀਂ ਗੁਰਬਾਣੀ ਦਾ ਪ੍ਰਕਾਸ਼ ਨਹੀਂ ਉਹ ਉਦੋਂ ਮਿਟਣਾ ਜਦੋਂ ਅਸੀਂ ਸਾਖੀ ਪਰੰਪਰਾ ਨਾਲ ਜੁੜੇ ਗੁਰਬਾਣੀ ਪੜ੍ਹੀ ਸੋ ਅੱਜ ਜਿੰਨੇ ਵੀ ਸਿੱਖਾਂ ਦਾ ਇਹ ਕੰਸਰਨ ਹੈ ਆ ਵੀ ਸਾਡੇ ਬੱਚੇ ਸਿੱਖੀ ਨਾਲ ਕਿਵੇਂ ਜੁੜਨ ਕਿਉਂਕਿ ਆਪਣੀ ਜ਼ਿੰਦਗੀ ਉਹਨਾਂ ਦੀ ਬਹੁਤ ਜ਼ਿਆਦਾ ਰਜੇਵੇਂ ਵਾਲੀ ਆ ਉਹ ਆਪਣੇ ਬੱਚਿਆਂ ਨੂੰ ਬਿਲਕੁਲ ਸਮਝ ਨਹੀਂ ਦਿੰਦੇ ਤੇ ਉਹਨਾਂ ਨੂੰ ਲੱਗਦਾ ਵੀ ਕੋਈ ਐਸਾ ਬੰਦਾ ਜਿਹਨੂੰ ਗੁਰਸਿੱਖੀ ਦਾ ਬਿਲਕੁਲ ਪਤਾ ਨਹੀਂ ਜਿਹਨੂੰ ਸਿਧਾਂਤ ਦਾ ਪਤਾ ਨਹੀਂ ਗੁਰਮਰਿਆਦਾ ਦਾ ਪਤਾ ਨਹੀਂ ਉਹ ਚਾਰ ਪੈਸੇ ਲਾ ਕੇ ਫਿਲਮ ਬਣਾ ਦਿੰਦਾ ਉਸ ਫਿਲਮ ਦੇ ਵਿੱਚ ਪਹਿਲਾਂ ਬੰਦਿਆਂ ਦੇ ਕੋਲੋਂ ਬੱਚਿਆਂ ਦੇ ਕੋਲੋਂ ਇੱਕ ਕਰਮੇ ਪਾਪ ਕਰਾਇਆ ਜਾਂਦਾ ਵੀ ਉਹ ਸਹਿਬਜ਼ਾਦਿਆਂ ਦਾ ਰੋਲ ਅਦਾ ਕਰਦੇ ਨੇ ਔਰ ਉਸ ਤੋਂ ਬਾਅਦ ਚ ਕਾਰਟੂਨ ਨੂੰਮਾ ਚਿਹਰਾ ਲਾ ਕੇ ਤੇ ਸਹਿਬਜ਼ਾਦਿਆਂ ਦੀ ਬੇਅਦਬੀ ਕੀਤੀ ਜਾਂਦੀ ਇਹ ਜਿਹੜੀ ਫਿਲਮ ਆ ਰਹੀ ਹੈ ਸ਼੍ਰੋਮਣੀ ਕਮੇਟੀ ਨੇ ਵੀ ਇਸ ਗੱਲ ਦੇ ਉੱਤੇ ਆਪਣਾ ਪੱਖ ਸਪਸ਼ਟ ਕੀਤਾ ਵੀ ਉਹਨਾਂ ਕਿਸੇ ਚੀਜ਼ ਨੂੰ ਪ੍ਰਵਾਨਗੀ ਨਹੀਂ ਦਿੱਤੀ ਕਿਉਂਕਿ ਉਹ ਆਪਣੇ ਮਤ ਦੇ ਉਲਟ ਜਾ ਕੇ ਪ੍ਰਵਾਨਗੀ ਦੇ ਵੀ ਨਹੀਂ ਸਕਦੇ ਸੋ ਸਿੱਖ ਜਗਤ ਨੂੰ ਚਾਹੀਦਾ ਹੈ ਕਿ ਇਸ ਫਿਲਮ ਦਾ ਵੱਤ ਵਾਦ ਵਿਰੋਧ ਕਰੋ ਤੇ ਅੱਗੇ ਤੋਂ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ ਉਹਨਾਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਇਹੋ ਜਿਹੀਆਂ ਫਿਲਮਾਂ ਨਾ ਬਣਾਓ ਜਿਹਦਾ ਬਾਅਦ ਵਿੱਚ ਸਿੱਖਾਂ ਨੂੰ ਵਿਰੋਧ ਕਰਨਾ ਪਵੇ ਸਾਡੀ ਸਾਰੀ ਕੌਮ ਦੀ ਊਰਜਾ ਇਸ ਗੱਲ ਦੇ ਵਿੱਚ ਵਿਰਥ ਜਾ ਰਹੀ ਆ ਵੀ ਤੁਸੀਂ ਫਿਲਮ ਬਣਾ ਦਿੰਦੇ ਜੋ ਜਿਹੜੀ ਗੁਰਮਰਿਆਦਾ ਦੇ ਉਲਟ ਹੁੰਦੀ ਆ ਸਿੱਖ ਸਿਧਾਂਤ ਦੇ ਉਲਟ ਹੁੰਦੀ ਐ ਅਨੁਕੂਲ ਨਹੀਂ ਹੁੰਦੀ ਤੇ ਸਿੱਖਾਂ ਨੂੰ ਵਿਰੋਧ ਕਰਨਾ ਪੈਂਦਾ ਕਿਉਂਕਿ ਸਿੱਖਾਂ ਦੀ ਹਕੂਮਤ ਨਹੀਂ ਜਿਨ੍ਹਾਂ ਦੀ ਹਕੂਮਤ ਐ ਪਿੱਛੇ ਜੇ ਇੱਕ ਕਾਲੀ ਫਿਲਮ ਬਣੀ ਸੀ ਕੈਨੇਡਾ ਦੇ ਵਿੱਚ ਔਰ ਉਸ ਤੇ ਹਿੰਦੁਸਤਾਨ ਦੀ ਹਕੂਮਤ ਨੇ ਹਿੰਦੁਸਤਾਨ ਤੋਂ ਬਾਹਰ ਕੈਨੇਡਾ ਦੇ ਵਿੱਚ ਉਹ ਫਿਲਮ ਤੇ ਰੋਕ ਲਗਵਾਤੀ ਸੀ ਮਿਨਿਸਟਰੀ ਨੇ ਉੱਥੇ ਉਹਨਾਂ ਨੂੰ ਤੇ ਨਾਲ ਮਾਫੀ ਵੀ ਮੰਗਵਾਈ ਸੀ ਇਹ ਰਾਜ ਭਾਗ ਦੀ ਗੱਲ ਸਾਡੇ ਕੋਲ ਹੈ ਨਹੀਂ ਉਹਨਾਂ ਕੋਲ ਹੈਗਾ ਸਾਡੇ ਕੋਲ ਨਾ ਹੋਣ ਕਰਕੇ ਜਿਹੜੀ ਚੀਜ਼ ਸਾਡੀ ਗੁਰਮਤਿ ਅਦਾ ਦੇ ਉਲਟ ਹੈ ਉਹ ਅੱਜ ਸ਼ਰੀਆਮ ਸਿਨੇਮਾ 'ਚ ਚੱਲਣ ਜਾ ਰਹੀ ਹੈ ਤੇ ਸਾਡਾ ਜਿਹੜਾ ਵਿਰੋਧ ਆ ਉਹ ਉਸ ਵਿਰੋਧ ਨੂੰ ਮੰਨਦੇ ਨਹੀਂ ਸਭ ਤੋਂ ਸਿੱਖਾਂ ਨੂੰ ਬਾਰ-ਬਾਰ ਇਹ ਚੜਾਉਂਦੇ ਨੇ ਵੀ ਉਹ ਬਾਰ-ਬਾਰ ਫਿਲਮਾਂ ਬਣਾਉਂਦੇ ਨੇ ਤੇ ਸਿੱਖ ਬਾਰ-ਬਾਰ ਵਿਰੋਧ ਕਰਦੇ ਨੇ ਸੰਗਤਾਂ ਨੂੰ ਅਪੀਲ ਹੈ ਵੀ ਤੁਸੀਂ ਵੱਧ ਤੋਂ ਵੱਧ ਇਸ ਫਿਲਮ ਦਾ ਵਿਰੋਧ ਕਰੋ ਇਹ ਫਿਲਮ ਨਹੀਂ ਚੱਲਣੀ ਚਾਹੀਦੀ ਕਿਉਂਕਿ ਪੰਜਾਬ ਦੀ ਧਰਤੀ ਉੱਤੇ ਜਾਂ ਕਿਸੇ ਵੀ ਦੁਨੀਆ ਦੀ ਧਰਤੀ ਦੇ ਉੱਤੇ ਜਿਹੜੀਆਂ ਗੁਰ ਮਰਿਆਦਾ ਦੇ ਉਲਟ ਫਿਲਮਾਂ ਨੇ ਜਾਂ ਸਿੱਖੀ ਦੇ ਉਲਟ ਜਿਹੜਾ ਪ੍ਰਚਾਰ ਹੈ ਉਹ ਨਹੀਂ ਹੋਣਾ ਚਾਹੀਦਾ ਇੰਨਿਆਂ ਕ ਬੇਨਤੀਆਂ ਰਖੇਮਾ ਦਾ ਜਾਚੀਆਂ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰਪਾਲ ਸਿੰਘ ਨੇ ਸਾਰੇ ਸਿੱਖ ਪੰਥ ਦੇ ਅੱਗੇ ਇੱਕ ਰਿਕਵੈਸਟ ਕੀਤੀ ਹੈ ਕਿ ਜਿਹੜੀ ਛੋਟੇ ਸਹਬਜ਼ਾਦਿਆਂ ਉੱਤੇ ਕੋਈ ਫਿਲਮ ਬਣਾਈ ਗਈ ਹੈ 카ਟੂਨ ਦੇ ਵਿੱਚ ਤੇ ਉਸ ਫਿਲਮ ਦਾ ਵਿਰੋਧ ਕੀਤਾ ਜਾਵੇ ਇਹ ਬਿਲਕੁਲ ਉਹ ਨਹੀਂ ਗੱਲ ਠੀਕ ਹੈ ਕਿ ਛੋਟੇ ਸਾਹਬਜ਼ਾਦੇ ਗੁਰੂ ਸਹਿਬਾਨ ਜਿੰਨੇ ਵੀ ਹੈਗੇ ਆ ਜਾਂ ਜਿਹੜੇ ਕੋਈ ਮੁਤਬਰਕ ਸਿੱਖੇ ਗਿਆ ਉਹ ਉੱਤੇ ਕਿਸੇ ਤਰ੍ਹਾਂ ਦੀ ਵੀ ਫਿਲਮ ਨਹੀਂ ਬਣਨੀ ਚਾਹੀਦੀ ਉਹਦੀ ਵਜ੍ਹਾ ਕੀ ਹੈ ਵਜ੍ਹਾ ਇਹ ਸੁਣ ਲਓ ਕਿ ਜਦੋਂ ਕੋਈ ਬੰਦਾ ਕਿਸੇ ਗੁਰੂ ਸਹਿਬਾਨ ਦਾ ਕਿਸੇ ਯੋਧੇ ਦਾਰ کردار ਅਦਾ ਕਰੇਗਾ ਤੇ ਅਸੀਂ ਉਸ ਫਿਲਮ ਨੂੰ ਦੇਖਾਂਗੇ ਸੇਖ ਉਸ ਫਿਲਮ ਨੂੰ ਦੇਖਣਗੇ ਤੇ ਫਿਰ ਜਦੋਂ ਵੀ ਉਸ ਯੋਧੇ ਦਾ ਉਸ ਜਿਹੜਾ ਗੁਰੂ ਸਹਿਬਾਨ ਹੈ ਉਹਨਾਂ ਗੁਰੂ ਸਹਿਬਾਨ ਦਾ ਜ਼ਿਕਰ ਆਏਗਾ ਤੇ ਤੁਹਾਡੇ ਦਿਮਾਗ ਦੇ ਵਿੱਚ ਫੋਰੀ ਤੌਰ ਤੇ ਉਸੇ ਬੰਦੇ ਦੀ ਸ਼ਕਲ ਜ਼ਿਹਨ ਚ ਆਏਗੀ ਉਹ ਬੰਦਾ ਹਾਲਾਂਕਿ ਗੁਰੂ ਨਾ ਗੁਰੂ ਹੈ ਨਾ ਕੋਈ ਯੋਧਾ ਵੈ ਤੇ ਫਿਰ ਤੁਹਾਡੇ ਜ਼ਿਹਨ ਚ ਉਹਦੀ ਸ਼ਕਲ ਆਏਗੀ ਇਹਦਾ ਮਤਲਬ ਹੈ ਕਿ ਤੁਸੀਂ ਇੱਕ ਗਲਤ ਬੰਨੇ ਤੁਰ ਪਏ ਜੇ ਤੁਸੀਂ ਇੱਕ ਗਲਤ ਬੰਦੇ ਨੂੰ ਆਪਣਾ ਗੁਰੂ ਮੰਨ ਰਹੇ ਜੇ ਇਸੇ ਕਰਕੇ ਹੀ ਜਿਹੜਾ ਭਾਈ ਅਮਰਪਾਲ ਸਿੰਘ ਹੈ ਉਹ ਕਹਿ ਰਹੇ ਹੈ ਕਿ ਜਿਹੜੀ ਇਹ ਫਿਲਮ ਹੈ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਇਹਨਾਂ ਫਿਲਮਾਂ ਉੱਤੇ ਕੜੀ ਤੋਂ ਕੜੀ ਪਾਬੰਦੀ ਲਗਣੀ ਚਾਹੀਦੀ ਹੈ ਗਵਰਨਮੈਂਟ ਜਿਹੜੀ ਹੈ ਪ੍ਰਸ਼ਾਸਨ ਜਿਹੜਾ ਵਾ ਉਹਨੂੰ ਇਸ ਚੀਜ਼ ਦੀ ਆਜ਼ਾਦੀ ਨਹੀਂ ਦੇਣੀ ਚਾਹੀਦੀ ਕਿ ਕੋਈ ਬੰਦਾ ਇਹੋ ਜੀ ਫਿਲਮ ਬਣਾਵੇ ਅਗਰ ਕੋਈ ਬੰਦਾ ਫਿਲਮ ਬਣਾ ਲੈਂਦਾ ਵਾ ਤੇ ਉਸ ਫਿਲਮ ਨੂੰ ਔਨ 에ਅਰ ਕਰਨ ਦਾ ਫਿਲਮ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਕਿਉਂਕਿ ਇਸ ਫਿਲਮ ਦੇ ਨਾਲ ਕਿਸੇ ਜਿਹੜਾ ਮਜ਼ਹਬ ਹੈ ਉਹਦੀ ਮर्यादा ਨੂੰ ਠੇਸ ਪਹੁੰਚੇਗੀ ਉਹਨਾਂ ਨੂੰ ਤਕਲੀਫ ਹੋਏਗੀ ਉਹਨਾਂ ਦਾ ਜਿਹੜਾ ਵਾ ਉਹਨਾਂ ਦਾ ਧਿਆਨ ਭਟਕੇਗਾ ਉਹ ਕਿਸੇ ਹੋਰ ਬਣੇ ਲੱਗਣਗੇ ਦੇਖੋ ਇੱਕ ਹੋਰ ਨੇ ਬੜੀ ਵਧੀਆ ਗੱਲ ਕੀਤੀ ਹੈ ਕਿ ਕਈ ਲੋਕ ਕਹਿੰਦੇ ਆ ਕਿ ਜੀ ਫਿਲਮ ਤੋਂ ਸਾਡੇ ਬੱਚਿਆਂ ਨੂੰ ਸਿੱਖਿਆ ਮਿਲੇਗੀ ਬੱਚੇ ਜਿਹੜੇ ਆ ਹਮੇਸ਼ਾ ਉਹੀ ਕੰਮ ਕਰਦੇ ਆ ਜਿਹੜੇ ਉਹਨਾਂ ਦੇ ਵਾਲਦਾਂ ਕਰਦੇ ਆ ਉਹ ਆਪਣੇ ਵਾਲਦਾਂ ਤੋਂ ਹੀ ਪ੍ਰਭਾਵਿਤ ਹੁੰਦੇ ਆ ਉਹਨਾਂ ਨੂੰ ਵੇਖ ਕੇ ਹੀ ਕੰਮ ਕਰਦੇ ਆ ਅਗਰ ਤੁਸੀਂ ਚੰਗੇ ਕੰਮ ਕਰੋਗੇ ਬਾਣੀ ਦਾ ਕਰੋਗੇ ਵਰਦ ਲੋਕਾਂ ਦੇ ਨਾਲ ਚੰਗਾ ਮਾਹੌਲ ਕਰੋਗੇ ਲੋਕਾਂ ਨੂੰ ਚੰਗਾ ਸਲੂਕ ਕਰੋਗੇ ਸਰਬੱਤ ਦਾ ਭਲਾ ਕਰੋਗੇ ਲੋਕਾਂ ਦੀ ਮਦਦ ਕਰੋਗੇ ਤਾਂ ਤੁਹਾਡੇ ਬਾਲਾਂ ਵਿੱਚ ਆਟੋਮੈਟਿਕਲੀ ਖੂਬੀਆਂ ਆ ਜਾਣਗੀਆਂ ਤੁਹਾਨੂੰ ਕਿਸੇ ਕੋਈ ਫਿਲਮ ਜਾਂ ਕਿਸੇ ਹੋਰ ਬੰਦੇ ਨੂੰ ਕਹਿਣਾ ਪੈਗਾ ਦੇਖੋ ਫਿਲਮ ਇੱਕ ਵਾਰ ਦੇਖਣਗੇ ਲੇਕਿਨ ਤੁਸੀਂ ਆਪਣੇ ਬੱਚਿਆਂ ਦੇ ਸਾਹਮਣੇ बार-बार ਉਹ ਕੰਮ ਜਦੋਂ ਕਰੋਗੇ ਇੱਕ ਆਪਣੀ ਜ਼ਿੰਦਗੀ ਤੁਹਾਡੀ ਬਣੀ ਹੋਈਗੀ ਤੁਹਾਡੇ ਬੱਚੇ ਵੀ ਉਸੇ ਤਰ੍ਹਾਂ ਦਾ ਹੀ ਉਹਨਾਂ ਦੇ ਕਰਤਾਰ ਦੇ ਅੰਦਰ ਆ ਜਾਏਗਾ ਇਸ ਕਰਕੇ ਇਹ ਜਿਹੜੀਆਂ ਫਿਲਮਾਂ ਵੈ ਇਹ ਬਿਲਕੁਲ ਵੀ ਜਿਹੜੀਆਂ ਨਾ ਇਹ ਕਿਸੇ ਤਰ੍ਹਾਂ ਦਾ ਵੀ ਸਿੱਖੀ ਨੂੰ ਇਹ ਕਿਸੇ ਵੀ ਮਜ਼ਬਦ ਦੇ ਅਗਸਲ ਮੰਦੀਏ ਤੋ ਨੂੰ ਫਾਇਦਾ ਨਹੀਂ ਦਿੰਦੀਆਂ ਉਲਟਾ ਉਹਨੂੰ ਨੁਕਸਾਨ ਪਹੁੰਚਾਉਂਦੀਆਂ ਤੇ ਇਹੋ ਜੀਆਂ ਫਿਲਮਾਂ ਬੈਨ ਹੋਣ ਚਾਹੀਦੀਆਂ ਮੈਂ ਕਿਸੇ ਵੀ ਮਜ਼ਬਦ ਉੱਤੇ ਕਿਸੇ ਵੀ ਮਜ਼ਬਦ ਦੇ ਪੇਸ਼ਵਾਰ ਰਹਿਨੁਮਾ ਦੇਵੀ ਦੇਵਤਾ ਅੰਬੀਆ ਉਹਨਾਂ ਦੇ ਬਾਰੇ ਫਿਲਮ ਨਹੀਂ ਬਣਨੀ ਚਾਹੀਦੀ ਗੁਰੂ ਸਰਬੰਦ ਦੇ ਉੱਤੇ ਫਿਲਮ ਨਹੀਂ ਬਣੀ ਚਾਹੀਦੀ ਤੇ ਭਾਈ ਅਮਰਤਪਾਲ ਸਿੰਘ ਜੀ ਦੀ ਰਿਕਵੈਸਟ ਹੈ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸਿੱਖਾਂ ਨੂੰ ਚਾਹੀਦਾ ਵੈ ਕਿ ਇਹਨਾਂ ਦੀ ਰਿਕਵੈਸਟ ਤੋਂ ਇਲਾਵਾ ਵੀ ਇਹੋ ਜੀ ਕੋਈ ਵੀ ਕੰਮ ਹੋਵੇ ਉਹਨੂੰ ਰੋਕਣਾ ਚਾਹੀਦਾ ਕਮੈਂਟ ਕਰਕੇ ਮੈਨੂੰ ਆਪਣੀ ਰਾਏ ਤੋਂ ਲਾਜ਼ਮੀ ਕਰਨਾ ਕਿ ਤੁਹਾਨੂੰ ਅਜੀ ਦੀ ਵੀ